ਜਿੱਦਾਂ ਮਤਲਬ ਇੱਕ ਸਾਲ ਦੇ ਮੌਜੂਦਾ ਮੁਖੀ ਸ਼੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੋ ਕਿ 10 ਦਿਨਾਂ ਦੇ ਇੰਗਲੈਂਡ ਦੇ ਟੂਰ ਤੇ ਆਏ ਸਨ ਸੋ ਉਹਨਾਂ ਨੇ ਅੱਜ ਸਮੈਲਕ ਦੇ ਗੁਰੂ ਨਾਨਕ ਗੁਰਦੁਆਰਾ ਵਿਖੇ ਜਿਹੜੀ ਹੈ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਹੈ ਸੋ ਬਾਬਾ ਜੀ ਤੁਸੀਂ ਪਹਿਲਾਂ ਵੀ ਬਾਬਾ ਠਾਕਰ ਸਿੰਘ ਜੀ ਹੁਣਾਂ ਦੇ ਨਾਲ ਆਏ ਹੋ ਪਰ ਇੱਦਾਂ ਮਤਲਬ ਵੀ ਟਕਸਾਲ ਦੀ ਜਦੋਂ ਦੇ ਮੁਖੀ ਬਣੇ ਹੋ ਪਹਿਲੀ ਵਾਰੀ ਤੁਸੀਂ ਇੰਗਲੈਂਡ ਦੀ ਧਰਤੀ ਦੇ ਉੱਪਰ ਆਏ ਹੋ ਤੇ ਕੀ ਕਹਿਣਾ ਚਾਹੋਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਗਲੈਂਡ ਦੀਆਂ ਸੰਤਾਂ ਵੱਲੋਂ ਬਹੁਤ ਉਤਸ਼ਾਹ ਦੇ ਨਾਲ ਸੁਣਿਆ ਤਾਰੀਖ ਤੋਂ ਲੈ ਕੇ ਅੱਜ ਤੱਕ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਗੁਰੂਆਂ ਦੇ ਸਮਾਗਮ ਰੱਖੇ ਗਏ ਔਰ ਸੰਤਾਂ ਦੇ ਘਰਾਂ ਦੇ ਵਿੱਚ ਵੀ ਸਭ ਤੋਂ ਆਪਣੇ ਘਰਾਂ ਦੇ ਅੰਦਰ ਵੀ ਇਸ ਗੁਰਮੁਖ ਪ੍ਰਚਾਰ ਫੇਰੀ ਦਾ ਬਹੁਤ ਵੱਡਾ ਲਾਹਾ ਪ੍ਰਾਪਤ ਕੀਤਾ ਸੋ ਇੰਗਲੈਂਡ ਦੀਆਂ ਸੰਤਾਂ ਦਾ ਉਤਸ਼ਾਹ ਜੋਸ਼ ਔਰ ਪ੍ਰੇਮ ਸਤਿਕਾਰ ਵੇਖ ਕੇ ਮੇਰਾ ਹਿਰਦਾ ਸੰਗਤ ਦੇ ਚਰਨਾਂ ਵਿੱਚ ਬਾਹਰ ਝੁਕਦਾ ਹੈ ਮੈਂ ਰੋਮ ਰੋਮ ਕਰਕੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਾਂ ਸਿੱਖੀ ਸਪਿਰਿਟ ਤੋਂ ਸਾਨੂੰ ਵਿਦੇਸ਼ਾਂ ਦੀ ਧਰਤੀ ਤੋਂ ਨਜ਼ਰ ਆਉਂਦੀ ਹੈ ਇਹ ਸਪਿਰਿਟ ਸਾਰੀ ਦੁਨੀਆ ਦੇ ਕੋਨੇ ਕੋਨੇ ਹਰ ਸਿੱਖ ਦੇ ਅੰਦਰ ਪੈਦਾ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੀ ਸਿੱਖ ਕੌਮ ਵਾਸਤੇ ਚੜ੍ਹਦੀ ਕਲਾ ਲਈ ਦੁਨੀਆ ਭਰ ਦੇ ਵਿੱਚ ਸੇਵਾਵਾਂ ਕਰ ਸਕੀਏ ਔਰ ਆਪਣੇ ਸਿੱਖ ਪੰਥ ਦਾ ਨਾਮ ਦੁਨੀਆ ਵਿੱਚ ਰੋਸ਼ਨ ਕਰ ਸਕੀਏ ਬਾਬਾ ਜੀ 84 ਤੋਂ ਬਾਅਦ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਦੋਂ ਬਣੀ ਅਤੇ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜੇ ਸਿੱਖ ਨੇ ਅੱਜ ਨੌਜਵਾਨ ਵੀ ਨਾਲ ਜੁੜੇ ਨੇ ਅਤੇ ਜਿਹੜੇ ਸਿੱਖ ਨੇ ਉਦੋਂ ਦੇ ਸੰਘਰਸ਼ ਨਾਲ ਦਮ ਦਮੀ ਟਕਸਾਲ ਦੇ ਨਾਲ ਸਹਿਯੋਗ ਕਰਦੇ ਆ ਰਹੇ ਨੇ ਔਰ ਵਿਦੇਸ਼ਾਂ ਦੇ ਸਿੱਖਾਂ ਦੀ ਇੱਕ ਬੇਨਤੀ ਆ ਕਿ ਪੰਥਕ ਕਾਰਜਾਂ ਵਾਸਤੇ ਹਰ ਕਾਰਜ ਵਾਸਤੇ ਦਮ ਦਮੀ ਟਕਸਾਲ ਅਗਵਾਈ ਕਰੇ ਅਤੇ ਵਿਦੇਸ਼ਾਂ ਦੇ ਸਿੱਖ ਤਨ ਮਨ ਧਨ ਦੇ ਨਾਲ ਜਿਹੜੀ ਹੈ ਉਹ ਟਕਸਾਲ ਦੇ ਨਾਲ ਚੱਲਣ ਟਕਸਾਲ ਦਾ ਜਿਹੜਾ ਉਹ ਸਹਿਯੋਗ ਕਰਨ ਇਹ ਇੱਕ ਵਿਦੇਸ਼ਾਂ ਦੇ ਸਿੱਖਾਂ ਦੀ ਬੇਨਤੀ ਆ ਜੀ ਦਮਦਮੀ ਟਕਸਾਲ ਨੂੰ ਅੱਜ ਆਪ ਜੀ ਨੂੰ ਜੋ ਕਿ ਕਿਉਂਕਿ ਤੁਸੀਂ ਮੌਜੂਦਾ ਮੁਖੀ ਇਸ ਵੇਲੇ ਦਮਦਮੀ ਟਕਸਾਲ ਦੀ ਸੇਵਾਵਾਂ ਜਿਹੜੀਆਂ ਨਿਭਾ ਰਹੇ ਹੋ ਔਰ ਵਿਦੇਸ਼ਾਂ ਦੇ ਨੌਜਵਾਨ ਖਾਸ ਕਰਕੇ ਇਹ ਚਾਹੁੰਦੇ ਨੇ ਕਿ ਟਕਸਾਲ ਗਵਾਈ ਕਰੇ ਅਤੇ ਬਾਕੀ ਜਿਹੜੀਆਂ ਸੰਗਤਾਂ ਵਿਦੇਸ਼ਾਂ ਦੇ ਸਿੱਖ ਜਿਹੜੇ ਉਹ ਟਕਸਾਲ ਦਾ ਤਨ ਮਨ ਧਨ ਨਾਲ ਸਹਿਯੋਗ ਕਰਨ ਟਕਸਾਲ ਸਿੱਖ ਪੰਥ ਦੀ ਸੇਵਾ ਦੇ ਵਿੱਚ ਆਦਿਕਾਲ ਕੋਈ ਤਤਪਰ ਹੈ ਅੱਜ ਵੀ ਤਤਪਰ ਹੈ ਆਉਣ ਵਾਲੇ ਸਮੇਂ ਵਿੱਚ ਵੀ ਤਤਪਰ ਰਹੇਗੀ ਸਿੱਖੀ ਦੀ ਹਮੇਸ਼ਾ ਚੜ੍ਹਦੀ ਕਲਾ ਔਰ ਬਾਣੀ ਬਾਣੇ ਲਈ ਖਾਲਸੇ ਪੰਥ ਦੇ ਬੋਲ ਬਾਲਿਆਂ ਲਈ ਅਸੀਂ ਸਾਰੀਆਂ ਜਥੇਬੰਦੀਆਂ ਦਾ ਸਹਿਯੋਗ ਲੈ ਕੇ ਕੌਮ ਦੀਆਂ ਸੇਵਾਵਾਂ ਦੇ ਵਿੱਚ ਹਮੇਸ਼ਾ ਆਪਣੇ ਵੱਲੋਂ ਅਸੀਂ ਲੱਗੇ ਹੋਏ ਹਾਂ ਔਰ ਅਰਦਾਸ ਕਰਦੇ ਹਾਂ ਕਿ ਸਾਰੀਆਂ ਜਥੇਬੰਦੀਆਂ ਦਮਦਮੀ ਟਕਸਾਲ ਨੂੰ ਜਿਸ ਰੂਪ ਵਿੱਚ ਸਨਮਾਨ ਦੀ ਨਜ਼ਰ ਨਾਲ ਵੇਖਦੀਆਂ ਸਨਮਾਨ ਕਰਦੀਆਂ ਔਰ ਟਕਸਾਲ ਨਾਲ ਧੁਰ ਅੰਦਰੋਂ ਪਿਆਰ ਕਰਦੀਆਂ ਇਹਦਾ ਵੱਡਾ ਕਾਰਨ ਇਹ ਹੈ ਕਿ ਮਹਾਂਪੁਰਖ ਸੰਤ ਬਾਬਾ ਗੁਰਮੈਲ ਸਿੰਘ ਖਾਲਸਾ ਪੰਜਾਬ ਵਾਲਿਆਂ ਨੇ ਕੌਮ ਦੀ ਖਾਤਰ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਔਰ ਕੌਮ ਦੀ ਖਾਤਰ ਬਹੁਤ ਵੱਡੀ ਸੇਵਾ ਕੀਤੀ ਹੈ ਔਰ ਦਮਦਮੀ ਟਕਸਾਲ ਹਮੇਸ਼ਾ ਖਾਲਸਾ ਪੰਥ ਨੂੰ ਸਮਰਪਿਤ ਰਹੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਵੀ ਸਮਰਪਿਤ ਰਹੇਗੀ ਔਰ ਜਿਵੇਂ ਜਿਵੇਂ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਜੋ ਜੋ ਸੇਵਾਵਾਂ ਖਾਲਸਾ ਪੰਥ ਵੱਲੋਂ ਸੰਗਤਾਂ ਵੱਲੋਂ ਦਮਦਮੀ ਟਕਸਾਲ ਦੇ ਜਿੰਮੇ ਲਾਈਆਂ ਜਾਣਗੀਆਂ ਅਸੀਂ ਆਸ ਕਰਦੇ ਹਾਂ ਕਿ ਸੰਗਤਾਂ ਦੀਆਂ ਭਾਵਨਾਵਾਂ ਉਮੀਦਾਂ 'ਤੇ ਅਸੀਂ ਪੂਰਨ ਰੂਪ ਦੇ ਸਤਿਗੁਰੂ ਜੀ ਦੀ ਕਿਰਪਾ ਨਾਲ ਖੜ੍ਹੇ ਉਤਰ ਸਕੀਏ ਇਹ ਕਿਰਪਾ ਗੁਰੂ ਸਾਹਿਬ ਅਤੇ ਸੰਗਤ ਨੇ ਕਰਨੀ ਹੈ ਇਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਬਾਬੇ ਇੱਕ ਹੋਰ ਮੈਂ ਦੱਸਣਾ ਚਾਹੁੰਦਾ ਜੀ ਵੀ ਮੌਜੂਦਾ ਸਥਿਤੀ ਨੂੰ ਲੈ ਕੇ ਪੰਜਾਬ ਦੀ ਜੋ ਸਥਿਤੀ ਹੈ ਖਾਸ ਤੌਰ 'ਤੇ ਸਿੱਖਾਂ ਦੀ ਸਥਿਤੀ ਲੈ ਕੇ ਬਾਹਰਲੇ ਸਿੱਖ ਜਿਹੜੇ ਉਹ ਸਮੇਂ ਦੇ ਉੱਤੇ ਚਿੰਤਤ ਜਿਹੜੇ ਉਹ ਹੋ ਰਹੇ ਆ ਪੰਜਾਬ ਦੀ ਮੌਜੂਦਾ ਸਥਿਤੀ ਦੀ ਪੰਜਾਬ ਦੀ ਜਿਹੜੇ ਦਸ਼ਾ ਅਤੇ ਦਿਸ਼ਾ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਅੱਜ ਸਿੱਖੀ ਦੇ ਤੌਰ 'ਤੇ ਮੇਰੀ ਬੇਨਤੀ ਹੈ ਕੌਮ ਦੇ ਉੱਤੇ ਬਹੁਤ ਦੇਰੀ ਇਹੋ ਜਿਹੇ ਸਮੇਂ ਆਏ ਆ ਕਈ ਵਾਰੀ ਬਹੁਤ ਉਤਰਾਅ ਚੜ੍ਹਾਅ ਆਏ ਆ 1977 ਦੇ ਵਿੱਚ ਵੀ ਬਹੁਤ ਉਤਰਾਅ ਚੜ੍ਹਾਅ ਕੌਮ ਨੇ ਦੇਖੇ ਆ 84 ਚ ਵੀ 84 ਤੋਂ ਬਾਅਦ ਪਰ ਇਸ ਪੰਥ ਨੇ ਇਹਨਾਂ ਸੰਘਰਸ਼ਾਂ ਦਾ ਇਹਨਾਂ ਮੁਸੀਬਤਾਂ ਦਾ ਬੜੀ ਦ੍ਰਿੜਤਾ ਦੇ ਨਾਲ ਮੁਕਾਬਲਾ ਕੀਤਾ ਜੇਕਰ ਹੁਣ ਸਾਨੂੰ ਕਿਤੇ ਨਿਰਾਸ਼ਾ ਨਜ਼ਰ ਵੀ ਆਉਂਦੀ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਸ ਦੀ ਕਿਰਨ ਵੀ ਇੱਕ ਦਿਨ ਨਜ਼ਰ ਆਏਗੀ ਜਦੋਂ ਕੌਮ ਸਾਰੀ ਇਕੱਠੀ ਹੋ ਕੇ ਕੌਮ ਦੀ ਚੜ੍ਹਦੀ ਕਲਾ ਲਈ ਅਸੀਂ ਹੰਭਲਾ ਮਾਰਾਂਗੇ। ਇੱਕ
कुछ इदां दे अंकड़े जिहड़े साडे सामने आ जांदे आ कोई इदां दा समां भी जिहड़ा ओह आउण नूं शायद हो गया कि पंजाब दे विच ही जिहड़ा सिक्खी दा गढ़ आ सिक्खी सिक्खां दा सारा कुछ पंजाब दे विच है ते उत्थे ही सिख मिनोरिटी दे विच भी जिहड़ा ओह इक दिन चला जा सकदा है ते उस दे लई चिंता का विषय जरूर है पर यह गल नहीं कि असी निराशा के आलम च चले जाइए। मैं विदेश के सिखा यह बेनती करूँगा कि विदेशों के अपनी फसल की कमाई करो वही पद्धर के उत्ते इन्ह मुल्कों के उत्ते तरक्या भी करो पर लेकिन पंजाब के नाल अंतरीन तौर पर जुड़ के रहो। ये नहीं कि पंजाब चो जमीन बेच बेच के इतने आ जाइए पंजाब खाली हो जाए वह साडे लई बहुत वड्डा चिंताजनक मसला। इसलिए सिखा मेरी यह बेनती है कि अपना जिहड़ा केंद्र है जां अपनिया जिहड़ा पंजाब है मुख रूप दे विच उहदे नाल आपां आउण वालियां जिहड़ियां नसलां इस धरती ते साडे बच्चे अगे पैदा हो रहे आ इहनां नूं उत्थे जोड़ के रखना जमीनी तौर ते हकीकी तौर ते ਇਹਦੇ ਲਈ ਸਾਰਿਆਂ ਨੂੰ ਆਪਾਂ ਨੂੰ ਵੱਡੇ ਹੰਭਲੇ ਮਾਰਨ ਦੀ ਲੋੜ ਹੈ। ਇਸ ਕਰਕੇ ਸਾਨੂੰ ਪੰਜਾਬ ਦੇ ਵਿੱਚ ਜੋ ਕਾਰੋਬਾਰ ਹੈ ਜਾਂ ਜਾਇਦਾਦਾਂ ਉਹਨਾਂ ਨੂੰ ਵੱਡੀ ਪੱਧਰ 'ਤੇ ਹੋਰ ਵਧਾਉਣ ਦੀ ਲੋੜ ਹੈ ਤਾਂ ਕਿ ਸਿੱਖ ਉੱਥੇ ਵੱਡੇ ਵੱਡੇ ਕਾਰੋਬਾਰ ਕਰਨ ਕਿਉਂਕਿ ਜਿਹੜੇ ਸਾਡੇ ਗਰੀਬ ਸਿੱਖ ਹੈ ਨਾ ਅੱਜ ਉਹਨਾਂ ਲਈ ਵੱਡੀਆਂ ਮੁਸੀਬਤਾਂ। ਜੇ ਸਾਰੇ ਪ੍ਰਦੇਸ਼ ਵਿਦੇਸ਼ਾਂ ਦੇ ਸਿੱਖ ਬੈਠ ਕੇ ਕੋਈ ਇੱਕ ਪਲੈਨ ਤਿਆਰ ਕਰਨ ਕੋਈ ਵੱਡਾ ਕਾਰੋਬਾਰ ਕੋਈ ਬਿਜ਼ਨਸ ਪੰਜਾਬ ਦੇ ਅੰਦਰ ਉਸ ਦੀਆਂ ਬ੍ਰਾਂਚਾਂ ਖੋਲ੍ਹੀਆਂ ਜਾਣ ਜਿਹਦੇ ਵਿੱਚ ਸਿੱਖ ਬੱਚੇ ਹੀ ਨੌਕਰੀ ਕਰਨ ਤਾਂ ਕਿ ਉਹਨਾਂ ਨੂੰ ਬਾਹਰਲੇ ਮੁਲਕਾਂ ਤੱਕ ਆਉਣ ਲਈ ਸੋਚਣਾ ਹੀ ਨਾ ਪਵੇ। ਇਹਦੇ ਲਈ ਜ਼ਰੂਰ ਉਪਰਾਲੇ ਰਹਿਣਗੇ। 19 ਸਾਲ ਦਾ ਬਹੁਤ ਵੱਡਾ ਜੇ ਤੁਸੀਂ ਆਏ ਉਦੋਂ ਅਤੇ ਅੱਜ ਵਿਦੇਸ਼ਾਂ ਦੇ ਵਿੱਚ ਇਹਦੇ ਟੂਰ ਦੇ ਵਿੱਚ ਇੰਗਲੈਂਡ ਵਿੱਚ ਤੁਹਾਨੂੰ ਸਿੱਖੀ ਦੇ ਬਾਰੇ ਕਿੰਨਾ ਕੁ ਫਰਕ ਮਹਿਸੂਸ ਹੋਇਆ ਜਾਂ ਕਿਸ ਤਰ੍ਹਾਂ? ਮੈਨੂੰ ਅੱਗੇ ਨਾਲੋਂ ਬਹੁਤ ਜ਼ਿਆਦਾ ਚੜ੍ਹਦੀ ਕਲਾ ਮਹਿਸੂਸ ਹੋਇਆ। ਉਦੋਂ ਨਾਲੋਂ ਹੁਣ ਸੈਂਕੜੇ ਗੁਣਾ ਵੱਧ ਸਿੱਖਾਂ ਦੀ ਚੜ੍ਹਦੀ ਕਲਾ ਔਰ ਏਕਤਾ ਕੌਮ ਦੀ ਸਮਰਪਿਤ ਭਾਵਨਾ ਉਸ ਤੋਂ ਵੀ ਵੱਡੀ ਨਜ਼ਰ ਆ। ਬਹੁਤ ਬਹੁਤ ਧੰਨਵਾਦ। ਸਿੱਖ ਜਥੇਬੰਦੀਆਂ ਵੱਲੋਂ ਸਮੁੱਚੀਆਂ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਮੁੱਚੇ ਖਾਲਸਾ ਪੰਥ ਵੱਲੋਂ ਬਾਬਾ ਜੀ ਦਾ ਇੰਗਲੈਂਡ 'ਤੇ ਆਇਆਂ ਦਾ ਬਹੁਤ ਬਹੁਤ ਧੰਨਵਾਦ ਸਾਂਝੇ ਰੂਪ ਦੇ ਵਿੱਚ ਕੀਤਾ ਜਾਂਦਾ ਹੈ। ਅਤੇ ਬਾਬਾ ਜੀ ਆਪ ਜੀ ਨੂੰ ਇੰਗਲੈਂਡ ਦੇ ਸਿੱਖਾਂ ਗੁਰੂ ਘਰ ਜਥੇਬੰਦੀਆਂ ਵੱਲੋਂ ਬੇਨਤੀ ਆ ਵੀ ਹਰ ਸਾਲ ਜਿਹੜਾ ਉਹ ਟਕਸਾਲ ਜਿਵੇਂ ਕਹਿ ਲਈਏ ਭਾਰਤ ਦੇ ਵਿੱਚ ਹਰ ਥਾਂ 'ਤੇ ਸਟੇਟਾਂ 'ਤੇ ਜਾ ਕੇ ਤੁਸੀਂ ਪ੍ਰਚਾਰ ਕਰਦੇ ਹੋ ਅਤੇ ਵਿਦੇਸ਼ਾਂ ਦੇ ਵਿੱਚ ਵੀ ਖਾਸ ਕਰਕੇ ਇੰਗਲੈਂਡ ਦੇ ਵਿੱਚ ਵੀ ਹਰ ਸਾਲ ਟਕਸਾਲ ਵੱਲੋਂ ਜਿਹੜਾ ਉਹ ਆਣ ਕੇ ਪ੍ਰਚਾਰ ਜਿਹੜਾ ਉਹ ਕੀਤਾ ਜਾ ਸਕੇ। ਇਹ ਆਪ ਜੀ ਨੂੰ ਸਮੁੱਚੀਆਂ ਜਥੇਬੰਦੀਆਂ ਵੱਲੋਂ ਗੁਰਦੁਆਰਿਆਂ ਵੱਲੋਂ ਸੰਗਤਾਂ ਵੱਲੋਂ ਬੇਨਤੀ ਆ। ਆਪ ਜੀ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ। ਸਮੁੱਚੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ। ਸਾਰੀਆਂ ਸੰਗਤਾਂ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਅੰਤ ਦੇ ਵਿੱਚ ਆਪ ਜੀ ਸਮੁੱਚੇ ਰੂਪ ਦੇ ਵਿੱਚ ਇੰਗਲੈਂਡ ਦੀਆਂ ਸਿੱਖ ਸੰਗਤਾਂ ਅਤੇ ਵਿਸ਼ਵ ਦੀਆਂ ਸਿੱਖ ਸੰਗਤਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਸਾਰੀ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਧੰਨਵਾਦ ਕਰਦਾ। ਇੱਕੋ ਬੇਨਤੀ ਕਰਦਾ ਸਾਰੇ ਆਪਾਂ ਸਹਿਯੋਗ ਕੇ ਮਿਲ ਬੈਠ ਕੇ ਕੌਮ ਦੀ ਚੜ੍ਹਦੀ ਕਲਾ ਦੇ ਪ੍ਰੋਗਰਾਮ ਨਿਕਲੋ ਤਾਂ ਕਿ ਆਪਾਂ ਆਉਣ ਵਾਲੇ ਸਮੇਂ 'ਚ ਕੌਮ ਦਾ ਸੁਨਹਿਰੀ ਭਵਿੱਖ ਸਾਰੇ ਮਿਲ ਕੇ ਸਮਝ ਸਕੀਏ। ਇਹ ਸਾਰਿਆਂ ਦੀ ਚਰਨਾਂ 'ਚ ਬੇਨਤੀ ਹੈ। ਸਾਰਿਆਂ ਦਾ ਫਿਰ ਬਹੁਤ ਬਹੁਤ ਧੰਨਵਾਦ। ਤੁਹਾਡਾ ਮੀਡੀਆ ਦਾ ਸਾਰੇ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਸਨ। ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਹੜੇ 10 ਦਿਨ ਇੰਗਲੈਂਡ ਦੇ ਜਿਹੜੇ ਹੈ ਉੱਪਰ ਗੁਰਮਤਿ ਪ੍ਰਚਾਰ ਕਰਨ ਵਾਸਤੇ ਜਿਹੜੇ ਪਹੁੰਚੇ ਹੋਏ ਸਨ। ਆਉਣ ਵਾਲੇ ਸਮਾਗਮ ਵੀ ਤੁਹਾਨੂੰ ਇਸੇ ਤਰੀਕੇ ਦੇ ਨਾਲ ਵਿਖਾਏ ਜਾਣਗੇ। ਆਪ ਜੀ ਦੇਖਦੇ ਰਹੋ ਟੈਲੀਵਿਜ਼ਨ ਅਤੇ ਸਾਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ